ਕੱਲ ਦੀ ਇੱਥੇ ਸੋਸ਼ਲ ਮੀਡੀਆ 'ਤੇ, ਖਾਸ ਤੌਰ 'ਤੇ ਫੇਸਬੁੱਕ 'ਤੇ ਇੱਕ ਪੋਸਟ ਕਿਸੇ ਨੇ ਪੋਸਟ ਕੀਤੀ ਸੀ, ਜਿਹਦੇ 'ਤੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਅਤੇ ਇੱਕ ਸਾਡੇ ਮੁਸਲਮਾਨ ਭਾਈਚਾਰੇ ਬਾਰੇ ਕੋਈ ਇਹੋ ਜਿਹੇ ਅਪਸ਼ਬਦ ਅਤੇ ਜਿਹੜੇ ਮਾੜੇ ਕਮੈਂਟਸ ਜਿਹੜੇ ਪਾਏ ਸੀ। CM ਪੰਜਾਬ ਵੱਲੋਂ ਅਤੇ DGP ਪੰਜਾਬ ਵੱਲੋਂ ਬਹੁਤ ਇਸ ਗੱਲ ਦਾ ਸਖ਼ਤ ਸੁਨੇਹਾ ਹੈ ਕਿ ਪੰਜਾਬ ਦੇ ਵਿੱਚ ਸਾਰੇ ਫਿਰਕੇ ਅਮਨ ਮਾਨ ਨਾਲ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਆ। ਇੱਥੇ ਇਹ ਗੱਲ ਪੰਜਾਬ ਵਿੱਚ ਕਿਸੇ ਵੀ ਲੈਵਲ 'ਤੇ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਅਸੀਂ ਜਦੋਂ ਹੀ ਸਾਡੇ ਕੋਲ ਪੋਸਟ ਧਿਆਨ 'ਚ ਆਈ ਅੱਜ ਸਵੇਰੇ, ਅਤੇ ਅਸੀਂ ਸਾਡਾ ਸੋਸ਼ਲ ਮੀਡੀਆ ਸੈੱਲ ਅਤੇ ਸਾਡੇ ਜਿਹੜੇ CIA ਦੇ ਜਿਹੜੇ ਹੈਗੇ ਆ, ਅਸੀਂ ਉਹਨਾਂ ਨੂੰ ਲਾ ਕੇ ਇਹਦੇ 'ਚ ਪ੍ਰੋਪਰ ਟੀਮ ਨੂੰ ਨਾਲ ਲਾ ਕੇ ਅਸੀਂ ਉਹ ਟਰੈਕ ਕਰ ਲਏ। ਟਰੈਕ ਕਰਕੇ ਉਹ ਆਕਾਸ਼ਦੀਪ ਨਾਂ ਦਾ ਲੜਕਾ ਜਿਹੜਾ ਕਿ ਪਟਿਆਲੇ ਇੱਕ ਕੋਈ ਕਿਸੇ ਮੀਡੀਆ ਹਾਊਸ ਦੇ ਵਿੱਚ ਪ੍ਰੋਡਕਸ਼ਨ ਮੈਨੇਜਰ ਦੇ ਤੌਰ 'ਤੇ ਪਹਿਲਾਂ ਕੰਮ ਕਰਦਾ ਸੀ, ਉਹਨੂੰ ਅਸੀਂ ਉਹਦੇ 'ਚ ਅਰੈਸਟ ਕਰ ਲਿਆ। ਉਹ ਅਰੈਸਟ ਕਰਨ ਦੇ ਨਾਲ ਨਾਲ ਉਹਦੇ 'ਤੇ 188-295A 505 IPC ਉਹਦੇ 'ਤੇ ਤਹਿਤ ਮੁਕੱਦਮਾ ਦਰਜ ਕਰਤਾ। ਮੁਕੱਦਮੇ ਦਰਜ ਦੇ ਨਾਲ ਨਾਲ ਉਹਦੇ 'ਚ ਉਹਦਾ ਮੋਬਾਈਲ ਹੈ ਜਿਹਦੇ ਨਾਲ ਉਹਨੇ ਮੈਸੇਜ ਕੀਤੇ ਸੀਗੇ, ਉਹਨੂੰ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ। ਇਹਨੂੰ ਉਹਦੀ ਅਰੈਸਟ ਪਾ ਕੇ ਉਹ ਥਾਣੇ ਵਿੱਚ ਬੰਦ ਹੈ। ਹੁਣ ਕੱਲ੍ਹ ਨੂੰ ਅਸੀਂ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਹੋਰ ਵੀ ਰਿਮਾਂਡ ਲਵਾਂਗੇ। ਇੱਕ ਗੱਲ ਬੜੀ ਅਸੀਂ ਸਪਸ਼ਟ ਤੌਰ 'ਤੇ ਕਹਿਣਾ ਚਾਹੁੰਦੇ ਹਾਂ, ਕਿਸੇ ਨੂੰ ਵੀ ਇਹ ਜਿਹੜੀ ਹੈ ਕਿਸੇ ਧਰਮ ਦੇ ਵਿਰੁੱਧ, ਕਿਸੇ ਫਿਰਕੇ ਦੇ ਵਿਰੁੱਧ, ਕਿਸੇ ਜਾਤ ਦੇ ਵਿਰੁੱਧ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਜਿਹੜੀ ਬਿਮਾਰੀ ਹੈ ਉਹਦੇ ਵਿੱਚ ਜਿਹੜਾ ਇਹਨਾਂ ਨੇ, ਅਸੀਂ ਸਾਰੇ ਪੰਜਾਬੀਆਂ ਨੇ, ਜਦੋਂ ਅਸੀਂ ਕਹਿਤਾ ਹਿੰਦੁਸਤਾਨੀ ਹੈ ਤਾਂ ਸਾਰੇ ਹਿੰਦੁਸਤਾਨੀ ਹੋ ਗਏ, ਅਤੇ ਜਦੋਂ ਕਹਿਤਾ ਪੰਜਾਬੀ ਹੈ ਤਾਂ ਅਸੀਂ ਸਾਰੇ ਪੰਜਾਬ ਦੇ ਵਿੱਚ ਰਹਿ ਗਏ। ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਵੇਂ ਲੜਨਾ ਹੈ, ਉਹ ਉਸ ਬਿਮਾਰੀ ਨੂੰ ਆਪਣੇ ਇਲਾਕੇ ਦੇ ਵਿੱਚ ਨਹੀਂ ਆਉਣ ਦੇਣਾਗਾ ਇਹਦੇ ਨਾਲ ਨਾਲ। ਪਰ ਕੋਈ ਇਸ ਬਿਮਾਰੀ ਦੀ ਆੜ ਦੇ ਵਿੱਚ ਕੋਈ ਧਾਰਮਿਕ ਜਿਹੜੀ ਆਪਸ ਦੇ ਵਿੱਚ ਵੈਰ ਵਿਰੋਧ ਕਰਦਾ ਜਾਂ ਫਿਰਕਾ ਪ੍ਰਸਤੀ ਕੋਈ ਗੱਲ ਕਰਦਾ, ਉਹ ਅਸੀਂ ਬਿਲਕੁਲ ਅਲਾਓ ਨਹੀਂ ਕਰਾਂਗੇ। ਅਤੇ ਜੇ ਹੋਰ ਵੀ ਅੱਗੇ ਜਿਵੇਂ ਕਿ ਅਸੀਂ ਪਹਿਲਾਂ ਵੀ ਜਿਹੜੀ ਸੋਸ਼ਲ ਮੀਡੀਆ 'ਤੇ ਕਿਸੇ ਨੇ ਕੀਤੀ ਹੈ, ਅਸੀਂ ਕਾਫੀ ਜ਼ੋਰ ਲਾ ਕੇ ਉਹਨੂੰ ਵੀ ਟਰੈਕ ਕਰ ਲਿਆ ਸੀ ਅਤੇ ਇਸ ਨੂੰ ਵੀ ਟਰੈਕ ਕਰ ਲਿਆ। ਇਸ ਕਰਕੇ ਸ਼ਰਾਰਤੀ ਅਨਸਰਾਂ ਲਈ ਇੱਕ ਸਖ਼ਤ ਸੁਨੇਹਾ ਵੀ ਇਹ ਚੀਜ਼ਾਂ ਤੁਹਾਨੂੰ ਅਲਾਓ ਨਹੀਂ ਕੀਤੀਆਂ ਜਾ ਸਕਦੀਆਂ। ਜੇ ਅਲਾਓ ਕਰੋਗੇ ਤਾਂ ਤੁਹਾਡਾ ਜਿਹੜਾ ਉਹ ਥਾਂ ਜਗ੍ਹਾ ਸੋਸਾਇਟੀ ਵਿੱਚ ਨਹੀਂ ਗੀ, ਤੁਹਾਡੀ ਜਗ੍ਹਾ ਸਲਾਖਾਂ ਦੇ ਪਿੱਛੇ। ਸਰ ਵਟਸਐਪ ਗਰੁੱਪ ਤੇ ਸੋਸ਼ਲ ਮੀਡੀਆ ਤੇ ਪੂਰੇ ਐਕਟਿਵ ਹੈ, ਤੁਸੀਂ ਪੂਰੀ ਨਿਗਾਹ ਬਣਾ ਰੱਖੀ, ਅਗਰ ਕੋਈ ਵੀ ਇਸ ਤਰ੍ਹਾਂ ਦੇ ਮੈਸੇਜ ਗਲਤ ਹੁੰਦਾ? ਦੇਖੋ ਇਹਦੇ ਵਿੱਚ ਕਈ ਸਾਡੇ ਕੋਲ ਬਹੁਤ ਸਾਰੇ ਕੰਮ ਹੈ, ਜਦੋਂ ਸਾਡਾ ਆਪਦਾ ਜਿਹੜਾ ਸੋਸ਼ਲ ਮੀਡੀਆ ਸੈੱਲ ਵੀ ਚੱਲ ਰਿਹਾ, ਸਾਈਬਰ ਸੈੱਲ ਵੀ ਚੱਲ ਰਿਹਾ, ਅਤੇ ਇਹਦੇ ਵਿੱਚ ਅਸੀਂ ਹੋਰ ਵੀ ਕਰਦੇ ਹਾਂ। ਪਰ ਜੇ ਕੋਈ ਇਹੋ ਜਿਹੀ ਸ਼ਰਾਰਤ ਭਰਪੂਰ ਅਤੇ ਜਾਣ ਕੇ ਕੋਈ ਆਪਸ 'ਚ ਧਰਮਾਂ ਦੇ ਵਿਰੁੱਧ ਜਾਂ ਆਪਸ 'ਚ ਲੜਾਉਣ ਵਾਲੀ ਕੋਈ ਪੋਸਟ ਸਾਂਝੀ ਕਰਦਾ ਤਾਂ ਉਹ ਜਿਹੜੇ ਸਾਡੇ ਧਿਆਨ 'ਚ ਆਉਂਦੀ ਹੈ ਪ੍ਰੋਪਰਲੀ। ਅਤੇ ਕਿਉਂਕਿ ਇਹ ਆਕਾਸ਼ਦੀਪ ਹੈ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਸੀ, ਅਤੇ ਇਹਨੇ ਪਟਿਆਲੇ ਵੇਖੇ ਹੀ ਪੋਸਟ ਪਾਈ ਸੀ, ਅਤੇ ਇਸ ਕਰਕੇ ਅਸੀਂ ਬੜਾ ਇਹਨੂੰ ਇਹਦਾ ਸਖ਼ਤ ਨੋਟਸ ਲਿਆ ਅਤੇ ਇਹਨੂੰ ਟਰੈਕ ਕਰਕੇ ਇਹ ਸੋਚਦੇ ਆ ਜਦੋਂ ਸ਼ਰਾਰਤ ਕਰਕੇ ਸ਼ਾਇਦ ਪਤਾ ਨਹੀਂ ਲੱਗਦਾ, ਇਹ ਇਸ ਕਰਕੇ ਉਹਨੂੰ ਟਰੈਕ ਵੀ ਕੀਤਾ, ਉਹਨੂੰ ਅਰੈਸਟ ਵੀ ਕੀਤਾ, ਅਤੇ ਕੱਲ੍ਹ ਨੂੰ ਉਹਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਪੁਲਿਸ ਰਿਮਾਂਡ ਲਵਾਂਗੇ ਅਤੇ ਹੋਰ ਪੁੱਛਗਿੱਛ ਵੀ ਕਰਾਂਗੇ। ਠੀਕ ਹੈ ਸਰ, ਥੈਂਕ ਯੂ।